नकद मिले जो मुँह दुआ वाद पे जी लगाए को सल्ले आला नबी ए ना सल्ले आला मुहम्मद सल्ले आला शफी ए ना सल्ले आला मुहम्मद औज़ <coughs> बिल्लाह <coughs> मिन शैतानिर रजीम बिस्मिल्लाहिर रहमानिर रहीम मेरे दोस्तों तो मेरे प्यारे बच्चों ਅੱਜ ਤੁਹਾਨੂੰ ਮੈਂ ਨਾਦਲ ਅਲੀ ਸ਼ਰੀਫ ਨਾਮ ਦਮ ਕਰਨਾ ਤੁਹਾਨੂੰ ਮੈਂ ਦੱਸਣਾ ਜਿਸ ਬੱਚੇ ਨੇ ਕੋਈ ਆਮਲ ਬੰਨਾ ਹੋਵੇ ਨਾਦਲ ਅਲੀ ਸ਼ਰੀਫ ਦਾ ਉਹ ਵੀ ਜਾਤ ਲੈ ਕੇ ਬਣ ਸਕਦਾ ਠੀਕ ਹੈ ਨਾਦਲ ਅਲੀ ਸ਼ਰੀਫ ਪੜਨ ਦਾ ਤਰੀਕਾ ਤੁਹਾਨੂੰ ਮੈਂ ਦੱਸ ਦਿੰਨਾ یہی ਨਾਦਲ ਸ਼ਰੀਫ ਮੈਂ ਵੀ ਪੜਨਾ ਤੁਸੀਂ ਪੜ ਪੜਨੀ ਬismillahirrahmanirrahim ਸ਼ੁਰੂ ਕਰਨੀ ਬਿਸਮਿਲ੍ਲਾਹਿ ਰਹਿਮਾਨਿਰ ਰਹੀਮ نادی علی زم مزر ال جائب تجدو ہونا اللہ قفل نوا جائب کل ہمم و غم انسان جلیب عظمت کا یا الہ نبوت کا یا محمد صلی اللہ علیہ وسلم بے ولایت کا یا علی یا علی یا علی لو دوستو بچیو اے اگئی نادی الشریف جڑی توسی پڑھنی کرنی اینو 700 دفعہ جمعرات نوں یا چن دی 13 14 15 ਤਿੰਨਾਂ ਦਿਨਾਂ ਦੇ ਵਿੱਚ ਤੁਸੀਂ 7-7 ਦੋ ਦਫਾ ਇਸ ਨੂੰ ਪੜਨਾ ਹੈ 2100 ਦਫਾ ਪੜਨਾ ਹੈ ਨਾਦ ਅਲੀ ਸ਼ਰੀਫ ਨੂੰ ਉਸ ਤੋਂ ਬਾਅਦ ਤੁਸੀਂ ਇਹਨੂੰ 100 ਤੇ 12 ਦਫਾ ਇਹਨੂੰ ਅਮਲ ਨੂੰ ਆਪਣੇ ਜਾਰੀ ਰੱਖਣਾ ਹੈ ਫਿਰ ਤੁਸੀਂ ਛੱਡਣਾ ਨਹੀਂ 112 ਦਫਾ ਇਹ ਤੁਹਾਨੂੰ ਅਮਲ ਮੰਨ ਦਾ ਤਰੀਕਾ ਦੱਸ ਰਿਹਾ ਜਿਸ ਨਾਲ ਤੁਸੀਂ ਬਣਨਾ ਹੈ ਬੱਚਿਓ ਲੇਕਿਨ ਇਜਾਜ਼ਤ ਲੈਣੀ ਜ਼ਰੂਰੀ ਜੀ ਤੁਹਾਨੂੰ ਮਦਦ ਜੀ ਇਜਾਜ਼ਤ ਲੋਗੇ ਤੇ ਫਿਰ ਹੀ ਅਸਰ ਹੋਣਾ ਜੇ ਨਹੀਂ ਤਾਂ ਉਸ ਤਰ੍ਹਾਂ ਅਸਰ ਨਹੀਂ ਹੁੰਦਾ ਫਿਰ ਕੋਈ ਕਿ ਇਹਦੇ ਪਿੱਛੇ ਹੋਰ ਸ਼ਤਾਨੀ ਕੂਫਤਾਂ ਪਿੱਛੇ ਨੱਟ ਬੰਦੇ ਤੇ ਲੱਗ ਜਾਂਦੀ ਹੈ ਫਿਰ ਬੰਦੇ ਦੇ ਬੱਚੇ ਡਰ ਜਾਂਦੇ ਨੇ ਤੇ ਜਾਜ਼ ਬੱਚੋ ਇਸ ਲਈ ਵੀ ਜ਼ਰੂਰੀ ਹੁੰਦੀ ਹੈ ਤੁਹਾਨੂੰ ਪਤਾ ਹੈ ਬਾਬੇ ਫਰੀਦ ਸਾਹਿਬ ਦਾ ਕਿੱਡਾ ਵਾਕਿਆ ਮਸ਼ਹੂਰ ਹੈਗਾ ਇਹ ਕਿ ਇੱਕ ਬੰਦਾ ਬੜਾ ਹਾਲਾਤ ਉਹਦੇ ਤੰਗ ਸੀ ਤੇ ਉਹ ਬਾਬੇ ਕੋਲ ਚਲਾਇਆ ਬਾਬਾ ਜੀ ਮੇਰੇ ਬੜੇ ਹਾਲਾਤ ਤੰਗ ਨੇ ਮੇਰੀ ਬੱਚੀਆਂ ਜਵਾਨ ਨੇ ਕੋਈ ਐਸਾ ਮੈਨੂੰ ਮਿਹਰਬਾਨੀ ਕਰੋ ਮੇਰਾ ਕੋਈ ਅੱਲਾਹ ਤਾਲ ਹਾਲਾਤ ਸੁਧਾਰੇ ਦੇ ਤੇ ਬਾਬੇ ਫਰੀਦ ਨੇ ਉਹਨੇ ਕਿਹਾ ਅੱਛਾ ਬੱਚੇ ਜਾਓ ਤੁਮ ਮਿੱਟੀ ਦਾ ਇੱਕ ਢੇਲਾ ਫੜ ਜਾ ਗੋੜ ਦਾ ਢੇਲਾ ਫੜ ਉਹਨਾਂ ਫੜ ਕੇ ਉਹਨਾਂ ਤਿੰਨ ਦਫਾ ਕੁਲ ਸ਼ਰੀਪ ਪੜੀ ਉਹਨਾਂ ਸਾਹਮਣੇ ਕੁਲ ਸ਼ਰੀ ਪੜੀ ਤੇ ਫੂਗ ਮਾਰਦੇ ਸੋਨਾ ਬਣ ਗਏ। ਤੁਮਨੇ ਕਹੇ ਜਾ ਹੁਣ। ਤੂੰ ਲੈ ਬੰਦੇ ਕੋਲ ਆਇਆ ਸੀ ਉਹਨੇ ਬੜਾ ਖੁਸ਼ ਹੋਇਆ ਨੇ ਕਹਿੰਦਾ ਲੈ ਮੇਰੇ ਹੱਥ ਬੜਾ ਅੱਛਾ ਸੋਨਾ ਬਣਾਉਂਦਾ ਫਨ ਆ ਗਿਆ ਮੇਰੇ ਕੋਲ। ਘਰ ਗਿਆ ਘਰ ਜਾ ਕੇ ਤੇ ਆਪਣੀ ਬੀਵੀ ਨੂੰ ਦੱਸਦਾ ਲੋ ਜੀ ਇਨਸ਼ਾਅੱਲਾ ਸਾਡੇ ਹਾਲਾਤ ਹੁਣ ਬੜੇ ਸੈੱਟ ਹੋ ਗਏ ਨੇ ਤੇ ਤੇ ਬੀਵੀ ਉਹਦੇ ਨੇ ਕਿ ਤੂੰ ਬਾਗਲਾ ਜੈ ਤੈਨੂੰ ਪਤਾ ਜੀ ਤੂੰ ਉਹਦੇ ਕੋਲ ਬਾਪੇ ਕੋਲ ਉਹਨੇ ਕਿ ਤੂੰ ਘਬਰਾ ਨਾ। ਜ਼ਿਆਦਾ ਬਣਵਾਣਾ ਕਿ ਮੈਨੂੰ ਆਪ ਗੌਰ ਪਤਾ ਲੱਗ ਗਿਆ। ਉਹ ਆਪ ਘਰ ਲੈ ਕੇ ਮਿੱਟੀ ਦੇ ਟੇਲੇ ਰੱਖ ਕੇ ਜਾਂ ਗੋੜ ਦੇ ਟੇਲੇ ਰੱਖ ਕੇ ਤੋਂ ਸ਼ੁਰੂ ਹੋ ਗਿਆ ਕੁਲ ਵਲਲ੍ਹਾਹੁ ਅਦੱਲੁ ਉਸਮਦ ਲਾਇਆ ਲਿਦ ਵਲਾਮਿਨ ਲਦ ਵਲਾਮਿ ਕੁਲ ਆਕੂਫਨ ਅਹਦ ਸਾਰੀ ਰਾਤ ਪੜਦਾ ਰਹਾ ਸਵੇਰ ਦੇ ਕੋਸ਼ਮੀ ਨਹੀਂ ਹੋਇਆ ਬੱਚੋ ਉਹਨੇ ਗਿਆ ਇਸ ਤਰ੍ਹਾਂ ਨਹੀਂ ਗੱਲ ਬਣੀ ਉਹ ਫਿਰ ਬਾਬਾ ਜੀ ਕੋਲ ਚਲਾ ਗਿਆ ਜੋ ਬਾਬਾ ਜੀ ਨੂੰ ਕਹਿੰਦਾ ਬਾਬਾ ਜੀ ਤੁਸੀਂ ਮੈਨੂੰ ਦੱਸੋ ਤੁਸੀਂ ਕੱਲ ਪੜਿਆ ਕੀ ਸੀ ਇਹ ਤੇ ਉਹਨੇ ਕਿ ਪੁੱਤਰਾ ਤੇਰੇ ਸਾਹਮਣੇ ਪੜਿਆ ਸੀ ਕੁਲਸ਼੍ਰੀ ਪੜੀ ਸੀ ਉਹਨੇ ਕਿ ਬਾਬਾ ਜੀ ਮੈਂ ਸਾਰੀ ਰਾਤ ਪੜ ਪੜ ਥੱਕ ਗਿਆ ਤੇ ਮੇਰੇ ਤਾਂ ਕੁਝ ਵੀ ਨਹੀਂ ਆਇਆ ਕੰਦਾ ਬੱਚੇ ਤੈਨੂੰ ਕਿਸੇ ਨੇ ਪੜਾਇਆ ਸੀ ਉਹਨੇ ਕਹਿੰਨੀ ਮੈਂ ਆਪਣੇ ਆਪ ਸ਼ੁਰੂ ਇਸ ਲਈ ਕਹਿੰਦੇ ਆਪਣੇ ਆਪ ਉਹਨੇ ਬਾਬਾ ਫਰੀਦ ਨੇ ਕਹਿਆ ਲੈ ਹੋਣ ਪੜ ਉਹ ਹੀ ਕੁਲਸ਼ੀ ਫੋਨ ਪੜ ਜਦੋਂ ਬਾਬਾ ਫਰੀਦ ਉਹਨਾਂ ਨੇ ਪੜਵਾਈ ਉਹਨੇ ਕੁਲਸ਼ੀ ਪੜ ਕੇ ਫੂਗ ਮਾਰੀ ਤਾਂ ਸੋਨਾ ਬਣ ਗਈ ਇਸ ਲਈ ਕਹਿੰਦੇ ਨੇ ਇਜਾਜ਼ਤ ਬਹੁਤ ਜ਼ਰੂਰੀ ਹੈ ਜੀ ਬੱਚੋ ਜੇ ਲੋਕ ਤੁਸੀਂ ਪੜੋਗੇ ਜਾਤਨਾ ਪੜੋਗੇ ਫਿਰ ਤਾਡੂ ਤੱਕ ਨਹੀਂ ਮਿਲਦੀ ਹੈ ਇਹਦਾਂ ਸ਼ੁਰੂ ਹੋ ਜਾਂਦਾ ਪਿੱਛੇ ਬਜ਼ੁਰਗ ਦੇ ਦੇਣ ਦੇ ਨਾਲ ਠੀਕ ਹੈ ਇਸ ਲਈ ਤੁਹਾਨੂੰ ਮੈਂ ਇਹ ਵਾਕਿਆ ਥੋੜਾ ਸੁਣਾਇਆ ਵੀ ਇਜਾਜ਼ਤ ਬਹੁਤ ਜ਼ਰੂਰੀ ਹੈ ਜੀ ਇਸ ਲਈ ਬੱਚੋ ਨਾਦਰ ਸ਼ਰੀਫ ਤੁਹਾਨੂੰ ਸੁਣਾ ਦिती ਹੈ ਆਮਲ ਬੰਦਾ ਤਰੀਕਾ ਤੁਹਾਨੂੰ ਦੱਸਦਾ ਲੇਕਿਨ ਇਹ ਹੈ ਤੁਹਾਨੂੰ ਇਜਾਜ਼ਤ ਨਾਲ ਤੁਹਾਨੂੰ ਇਜਾਜ਼ਤ ਲੋਗੇ ਪਹਿਲੇ ਫਿਰ ਤੁਹਾਨੂੰ ਦੱਸਿਆ ਜਾਦ ਉਹਦੇ ਕੋਲ ਲਈ ਜਿਹੜਾ ਬੰਦਾ ਆਮਲ ਹੋਵੇ ਜਿਹੜਾ ਹਰ ਰੋਜ਼ ਪੜਦਾ ਹੋਵੇ ਉਹਦੀ ਸਾਕਾਤਾਂ ਕੱਢੀਆਂ ਹੋਣ ਤਾਂ ਫਿਰ ਇਨਸ਼ਾਅੱਲਾ ਤੁਸੀਂ ਇਹਨੂੰ ਪੜੋਗੇ ਹੁਣ ਤੁਹਾਨੂੰ ਮੈਂ ਕਹ ਰਹੀ ਦਮ ਕਿਸ ਤਰ੍ਹਾਂ ਕਰਨਾ ਕਰਨਾ ਬੱਚੋ ਸਰੋਂ ਦਾ ਤੇਲ ਨਾ ਕਰਨਾ ਕੋਈ ਜਿੰਨ ਵਗੈਰਾ ਤੰਗ ਕਰਦਾ ਹੋਵੇ ਕੋਈ ਦਰਦ ਹੁੰਦੀ ਹੋਵੇ ਪਾਣੀ ਧਾਮ ਕਰਕੇ ਜੋ ਸ਼ਫਾ ਮਿਲੇਗੀ ਜੇ ਕੋਈ ਦਰਦ ਹੁੰਦੀ ਪਈ ਹੈ 41 ਵਾਰ ਪੜਨੀ ਹੈ ਤੁਹਾਨੂੰ ਦੱਸਦਾ ਪਾਣੀ ਧਾਮ ਕਰਕੇ ਜੋ ਸ਼ਫਾ ਹੋਏ ਜਿਸਮ ਜੇ ਕੋਈ ਦਰਦ ਹੁੰਦੀ ਹੈ ਕੋਈ ਜਿੰਨ ਵਗੈਰਾ ਤੰਗ ਰਹਿੰਦਾ ਸਰਸਾ ਦਾ ਤੇਲ ਲਾ ਕੇ ਕੋੜਾ ਤੇਲ ਜਿੰਨ ਕਾ ਨਹੀਂ ਆਸੀ ਆਪਣੀ ਜ਼ਬਾਨ ਚ ਕੋੜਾ ਤੇਲ ਕੰਨਿਆ ਸਰੋਂ ਦਾ ਉਹਦੇ ਤੁਸ ਫੂਕਾ ਮਾਰਨੀ ਹੈ 41 ਵਾਰ ਪੜ ਕੇ ਉਸ ਤੋਂ ਬਾਅਦ ਬੱਚੇ ਉਹਦੀ ਮਾਲਿਸ਼ ਕਰਨੀ ਹੈ ਔਰ ਜਾਤ ਹੋਵੇ ਬੱਚਾ ਹੋਵੇ ਵੱਡਾ ਉਹਨੂੰ 7 ਦਿਨ ਮਾਲਿਸ਼ ਕਰਨੀ ਹੈ ਠੀਕ ਹੈ ਤਿੰਨ ਕਦਾਫਾ ਮਲਕ ਨਾ ਸਾਦੇ ਨਾ ਕਾਰਗੇ ਇਨਸ਼ਾਅੱਲਾ ਜਿੰਨੀ ਵੀ ਦਫਾ ਦੂਰ ਤੇ ਹਰ ਚੀਜ਼ ਦਫਾ ਦੂਰ ਹੋ ਜੇ ਠੀਕ ਬਿਮਾਰੀ ਵੀ ਸਾਰੀ ਦਫਾ ਦੂਰ ਹੋ ਜਾਂਦੀਆਂ ਦੋ ਬੱਚੋ ਇਹਨੂੰ ਤੁਸੀਂ ਨਾਦੇ ਵਾਲੀ ਸ਼ਰੀਫ ਤੁਹਾਨੂੰ ਮਦਦ ਸੀ ਪੜਨੀ ਕਿਸ ਨਾਲ ਲੇਕਿਨ ਪੜਨੀ ਤੁਹਾਨੂੰ ਜਾਦ ਲੈ ਗਈ ਤੁਹਾਨੂੰ ਮਦਦ ਜਾਦ ਤੋਂ ਬਿਨਾ ਨੀ ਜੇ ਗੱਲ ਬੰਦੀ ਜੋ ਬੱਚੋ ਫਿਰ ਹੁਣ ਤੁਹਾਨੂੰ ਜ਼ਰੂਰਤ ਦਮ ਕਰਨ ਦਾ ਦੱਸਦਾ ਤਰੀਕਾ ਨਾ ਦੇਲੀ ਸ਼ਰੀਫ ਕਿਸ ਤਰ੍ਹਾਂ ਪੜ੍ਹਨੀ ਹੈ ਔਰ 112 ਦਫਾ ਇਹਨੂੰ ਜਾਰੀ ਰੱਖਣਾ ਲਾਜ਼ਮ ਛੱਡਣਾ ਨਹੀਂ 112 ਦਫਾ ਲਾਜ਼ਮ ਤੁਸੀਂ ਸਮਝੋ ਮੈਂ ਹਰ ਰੋਜ਼ ਪੜ੍ਹਨੀ ਪੜ੍ਹਨੀ ਫਿਰ ਤੁਹਾਡਾ ਅਮਲ ਜਾਰੀ ਹੈ ਕਿ ਤੁਸੀਂ 700 ਦਫਾ 2100 ਦਫਾ ਨਹੀਂ ਪੜ੍ਹੀ ਫਿਰ ਤੁਸੀਂ ਇਹਨੂੰ 112 ਦਫਾ ਹਰ ਰੋਜ਼ ਇਹਨੂੰ ਜਾਰੀ ਰੱਖਣਾ ਹੈ 112 ਦਫਾ ਹਰ ਰੋਜ਼ ਪੜ੍ਹਦੇ ਰਹਿਣਾ ਬਸ ਤੁਹਾਡਾ ਅਮਲ ਜਾਰੀ ਰਹੇਗਾ ਬਸ ਲੇਕਿਨ ਪੜ੍ਹਨਾ ਜਾਦ ਲਾ ਕੇ ਤੁਹਾਨੂੰ ਦੱਸਦਾ ਜਾਦ ਤੋਂ ਬਿਨਾ ਗੱਲ ਨਹੀਂ ਜੇ ਬਣਦੀ ਲੋ ਬੱਚੋ ਫਿਰ ਹੁਣ ਤੁਹਾਨੂੰ ਮੈਂ ਦੱਸ ਦਿੱਤਾ ਜੀ ਤੋ ਯਾਰ ਮੈਂ ਜਿਹੜਾ ਤੁਹਾਨੂੰ ਮੈਂ ਦੱਸਿਆ ਚੰਨ ਦੀ 10 ਨੂੰ ਹੁੰਦੀ ਜੇ ਤੇ 9 ਤੋਂ 10 ਤੱਕ ਤੁਸੀਂ ਇਹਨੂੰ ਤੁਸੀਂ ਆ ਕੇ ਆਪਣੇ ਸਪਾ ਸਕਦੇ ਜੇ ਔਰ ਦਮ ਕਰਨਾ ਵੀ ਤੁਹਾਨੂੰ ਮੈਂ ਦੱਸਦਾ ਅੱਜ ਕੱਲ ਦਮ ਹੈ ਜਰਾ ਘਟਾ ਦਿੱਤਾ ਹੈ ਕੋਰੋਨਾ ਵਾਇਰਸ ਦੀ ਵਜ੍ਹਾ ਤੋਂ ਮਿਲਣਾ ਵੀ ਇਸ ਲਈ ਜ਼ਿਆਦਾ ਨਹੀਂ ਮਿਲਦਾ ਬੱਚਿਆਂ ਨੂੰ ਜਿੰਨوں ਕੋਈ ਜ਼ਿਆਦਾ ਮਸਲਾ ਹੈਗਾ ਇਹ ਉਹ ਪਾਕਿਸਤਾਨ ਦੇ ਪਾਕਿਸਤਾਨ ਤੋਂ ਬਾਹਰ ਹੈ ਉਹ ਮੈਨੂੰ ਵਟਸਐਪ ਤੇ ਕਾਲ ਕਰਕੇ ਕੋਈ ਪਰੇਸ਼ਾਨੀ ਬਹੁਤੀ ਹੈ ਤੇ ਮੈਂ ਦੱਸ ਦੇ ਇਨਸ਼ਾਅੱਲਾ ਮੈਂ ਇੱਥੇ ਹੀ ਬੈਠਾ ਕੋਈ ਨਾ ਕੁਝ ਕਰਾਂਗਾ ਉਹਦਾ ਹੱਲ ਦਮ ਵਗੈਰਾ ਕਰਾਂਗਾ ਠੀਕ ਹੈ ਲੋ ਵੀ ਬੱਚੋ ਅੱਛਾ ਜੀ ਅਸਲਾਮੁਅਲੈਕਮ